ਸਲਾਮ ਅਲੈਕਮ ਹਾਂ ਜੀ ਸੋਹਣੇ ਮਿੱਤਰੋ, ਕੀ ਹਾਲ ਚਾਲ ਹੈ ਤੁਹਾਡਾ? ਤੁਹਾਡਾ ਆਪਦਾ ਵੀਰ ਗੱਲ ਕਰ ਰਿਹਾ, ਸਜਾ ਸੱਜਣ। ਲਓ ਜੀ ਫਿਰ, ਜਿਹੜੀ ਗੱਲ ਮੈਂ ਕਹਿੰਦਾ ਸਾਂ ਉਹ ਗੱਲ ਹੋ ਗਈ ਜੇ। ਸੀਮਾ ਜਿਹੜੀ ਪਾਕਿਸਤਾਨ ਤੋਂ ਚੱਲ ਕੇ ਭਾਰਤ ਦੇ ਵਿੱਚ ਗਈ, ਜਿਹਦੇ 'ਤੇ ਇਸ਼ਕ ਦਾ ਭੂਤ ਸਵਾਰ ਸੀ, ਹੁਣ ਉਹਦੇ ਇਸ਼ਕ ਦਾ ਭੂਤ ਉੱਤਰ ਗਿਆ ਜੇ। ਬੰਦੇ ਆਪਦੇ ਨੂੰ ਛੱਡ ਕੇ, ਚਾਰ ਬੱਚਿਆਂ ਨੂੰ ਲੈ ਕੇ ਅਤੇ ਕਿੱਧਰੋਂ ਦੀ ਕਿੱਧਰ ਦੋ ਤਿੰਨਾਂ ਮੁਲਹਾਂ ਥਾਣੀ ਅਤੇ ਭਾਰਤ ਚਲੀ ਗਈ। ਵੇਖੋ ਹਾਲੇ ਮਹੀਨਾ ਡੇਢ ਹੀ ਹੋਇਆ, ਬੜਾ ਭੂਤ ਹੁੰਦੇ ਤੇ ਸਵਾਰ ਸੀ, ਹੈਂ ਸੱਚਣ ਸੱਚਣ ਕਰਦੀ ਫਿਰਦੀ ਸੀ। ਅਤੇ ਸੋਹਣੇ ਹੁਣ ਉਹ ਸੱਚਣ ਨੇ ਉਹਨੂੰ ਤੌਣੀ ਲਾਈ ਜੇ ਅਤੇ ਹੁਣ ਰੋਂਦੀ ਫਿਰਦੀ ਜੇ। ਅਤੇ ਸੋਹਣੇ ਇਹੋ ਜਿਹੀ ਔਰਤ ਦਾ ਇਹੋ ਜਿਹਾ ਹਾਲ ਹੁੰਦਾ ਜੇ, ਉਹ ਚਾਰ ਦਿਨ ਦਾ ਭੂਤ ਸੀ, ਉਹਦੇ 'ਤੇ ਸਵਾਰ ਸੀ, ਉਹ ਵੇਖੋ ਕਿੱਧਰੋਂ ਦੀ ਕਿੱਧਰ ਚਲੀ ਗਈ ਭਾਰਤ, ਅਤੇ ਹੁਣ ਪਛਤਾ ਰਹੀ ਜੇ। ਹੈਂ ਹੁਣ ਸੋਹਣਿਓ ਕੀ ਕਰ ਰਹੀ ਹੈ? ਪਛਤਾ ਰਹੀ ਹੈ। ਇਹੋ ਜਿਹੀ ਔਰਤ ਦਾ ਇਹੋ ਜਿਹਾ ਹੀ ਹਾਲ ਹੁੰਦਾ ਹੈ, ਹੁਣ ਸਿਰ ਪਿੱਟਦੀ ਹੈ ਅਤੇ ਹੁਣ ਇਹਦੀਆਂ ਰੋ ਰੋ ਕੇ ਅੱਖਾਂ ਲਾਲ ਹੋਈਆਂ ਪਈਆਂ। ਹੁਣ ਆਪਦੇ ਬੰਦੇ ਨੂੰ ਕਾਲ ਕਰਕੇ ਕਹਿੰਦੀ ਹੈ ਕਿ ਮੇਰੇ ਕੋਲ ਹੁਣ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ, ਮੇਰੇ ਕੋਲ ਗਲਤੀ ਹੋ ਗਈ ਹੈ। ਉਹ ਹੁਣ ਕੀ ਕਹਿ ਰਿਹਾ ਕਿ ਮੇਰੇ ਬੱਚੇ ਮੈਨੂੰ ਦੇ ਦੇ ਅਤੇ ਤੂੰ ਉਹ ਸੱਚਣ ਦੇ ਕੋਲ ਹੀ ਰਹਿ, ਤੂੰ ਭਾਰਤ ਹੀ ਰਹਿ। ਅਤੇ ਇੱਥੋਂ ਸੋਹਣੇ ਉਹ ਕਹਿੰਦੇ ਨੇ ਕਿ ਚਾਰ ਦਿਨ ਜਿਹੜਾ ਹੈ ਨਾ ਇਸ਼ਕ, ਉਹ ਭੇਡ ਦੇ ਲੇਲੇ 'ਤੇ ਵੀ ਆਉਂਦਾ। ਸੋਹਣੇ ਹਾਲੇ ਕਿਹੜਾ ਟਾਈਮ ਗੁਜ਼ਰਿਆ, ਬਹੁਤੇ ਤੋਂ ਬਹੁਤਾ ਇੱਕ ਮਹੀਨਾ ਗੁਜ਼ਰਿਆ ਹੋਣਾ, ਅਤੇ ਇਹਦਾ ਭੂਤ ਸਵਾਰ ਜਿਹੜਾ ਹੋਇਆ ਸੀ ਉਹ ਲੱਥ ਗਿਆ ਜੇ।